Hago unos exámenes, me rendí una duda, rendí una duda. इस तरीके की घटिया सोच घटिया शब्दावली कांग्रेस के वजीर सुखी रंधावे ने विखाई है। ओदी मानसिकता ओदी घटिया सोच दा मैं सख्त लफ्जा च ओदी निखेधी करदा। पहले मीडिया ट्रायल बंद हो जाए, मैं SSP नूं अपनी एप्लीकेशन दे दित्ती आ। मैं कहना जी हुणे किसे सिटिंग जज तो इनकुआयरी करा लैन, इन्हां दी क्लीन चिट वाली सरकारां तो नहीं। DGP नूं तां कहिंदा मैं तलब करूँ, ते जिहनूं इह तलब करूँ उहने की रिपोर्ट देनी है इहदे खिलाफ। मैं तां इक मंग करदा कि गुरु साहब सच्चे पातशाह बारे कोई निरादर शो करे, कोई माड़ी भावना रखे, कोई माड़ी शब्दावली वरते, उहदा सोशल बाइकआउट होना चाहिए। ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਦਾ ਮਾਮਲਾ ਲਗਾਤਾਰ ਧੂਲ ਫੜਦਾ ਜਾ ਰਿਹਾ ਤੇ ਵਿਰੋਧੀ ਹਨ ਕਿ ਇਸ ਮਾਮਲੇ ਨੂੰ ਲੈ ਕੇ ਰੰਧਾਵਾ ਤੇ ਚੰਗੀ ਤਰ੍ਹਾਂ ਰਗੜੇ ਲਗਾਉਣ ਚ ਲੱਗੇ ਹੋਏ ਨੇ। ਜੀ ਹਾਂ, ਅਕਾਲੀ ਨੇਤਾ ਬਿਕਰਮਜੀਤ ਸਿੰਘ ਮਜੀਠੀਆ ਦਾ ਕਹਿਣਾ ਹੈ ਕਿ ਵੀਡੀਓ ਵਿੱਚ ਕੁਝ ਵੀ ਫੇਕ ਨਹੀਂ ਹੈ, ਵੀਡੀਓ ਵਿੱਚ ਰੰਧਾਵਾ ਦੀ ਸ਼ਕਲ ਹੈ ਤੇ ਉਹਨਾਂ ਦੀ ਹੀ ਆਵਾਜ਼ ਹੈ। ਇਸ ਦੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਰੰਧਾਵਾ ਆਪ ਹੀ ਦੱਸਦੇ ਨੇ ਕਿ ਇਹ ਪੰਜਾਬ ਭਵਨ ਦੀ ਗੱਲ ਹੈ ਤੇ ਸਾਲ ਪੁਰਾਣੀ ਗੱਲ ਹੈ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਰੰਧਾਵਾ ਆਪਣੇ ਬਿਆਨ ਬਦਲ ਰਹੇ ਨੇ। ਇਸ ਦੇ ਨਾਲ ਹੀ ਮਜੀਠੀਆ ਨੇ ਚੈਲੰਜ ਕੀਤਾ ਕਿ ਕਿਸੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਵਾ ਲੈਣ, ਰੰਧਾਵਾ ਦਾ ਜੇਲ੍ਹ ਜਾਣਾ ਪੱਕਾ ਹੀ ਹੈ। ਇੰਨਾ ਹੀ ਨਹੀਂ, ਮਜੀਠੀਆ ਨੇ ਇਹ ਵੀ ਕਿਹਾ ਕਿ ਰੰਧਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਿੱਚ ਜਾਣਦੇ ਨੇ, ਕਿਉਂਕਿ ਰੰਧਾਵਾ ਭਾਵੇਂ ਕੈਪਟਨ ਨੂੰ ਮਹਾਰਾਜਾ ਕਹਿਣ ਪਰ ਪਿੱਠ ਪਿੱਛੇ ਰੰਧਾਵਾ ਉਹਨਾਂ ਨੂੰ ਫੌਜੀ ਕਹਿੰਦੇ ਨੇ। ਮੇਰੇ ਵੱਲੋਂ ਅਸਤੀਫਾ ਦੇਣ ਨਾ ਦੇਣ ਇਹ ਉਹਨਾਂ ਦੀ ਮਰਜ਼ੀ ਹੈ, ਸਰਕਾਰ ਦਾ ਫੈਸਲਾ ਹੈ। ਮਗਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ, ਪਹਿਲੀ ਪਾਤਸ਼ਾਹੀ ਨੂੰ, ਸਾਡੇ ਗੁਰੂ ਨੂੰ, ਸਾਡੇ ਰਹਿਬਰ ਵਾਸਤੇ ਜਿਸ ਤਰੀਕੇ ਦੀ ਘਟੀਆ ਸੋਚ ਘਟੀਆ ਸ਼ਬਦਾਵਲੀ ਕਾਂਗਰਸ ਦੇ ਵਜ਼ੀਰ ਸੁਖੀ ਰੰਧਾਵੇ ਨੇ ਵਿਖਾਈ ਹੈ, ਉਹਦੀ ਮਾਨਸਿਕਤਾ ਉਹਦੀ ਘਟੀਆ ਸੋਚ ਦਾ ਮੈਂ ਸਖ਼ਤ ਲਫ਼ਜ਼ਾਂ 'ਚ ਉਹਦੀ ਨਿਖੇਧੀ ਕਰਦਾ। ਔਰ ਇਹ ਗੱਲ ਜਨਤਕ ਹੈ ਕਿ ਇਹ ਸੁਖੀ ਰੰਧਾਵਾ 'ਚ ਉਹ ਸੰਤੋਖ ਸਿੰਘ ਰੰਧਾਵੇ ਦਾ ਖੂਨ ਹੈ ਜਿਹਨੇ ਸ਼੍ਰੀ ਹਰਿਮੰਦਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ 'ਤੇ ਜਿਹੜਾ ਅਟੈਕ ਹੋਇਆ ਸੀ ਉਹਦਾ ਸਵਾਗਤ ਕੀਤਾ ਸੀ ਇੰਦਰਾ ਗਾਂਧੀ ਦੇ ਫੈਸਲੇ ਨੂੰ। ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਵਸ ਸੀ, ਹਜ਼ਾਰਾਂ ਦੀ ਗਿਣਤੀ 'ਚ ਉੱਥੇ ਸ਼ਹੀਦ ਹੋਏ ਅਤੇ ਇਹਨਾਂ ਨੇ ਉਸ ਕਾਰਵਾਈ ਨੂੰ ਠੀਕ ਠਹਿਰਾਇਆ। ਸਾਡਾ ਕੰਮ ਹੈ ਸਿਰਫ ਜੇ ਕੋਈ ਗੱਲ ਸਾਹਮਣੇ ਆਈ ਹੈ ਉਹ ਗੱਲ ਜਨਤਕ ਹੋਈ ਹੈ, ਉਹ ਜਨਤਕ ਗੱਲ ਬਾਰੇ ਆਪਦੇ ਵਿਚਾਰ ਰੱਖਣੇ। ਇਹ ਨਹੀਂ ਅਸਤੀਫਾ ਦਿੰਦੇ ਨਾ ਦੇਣ ਕੋਈ ਗੱਲ ਨਹੀਂ, ਮਗਰ ਲੋਕਾਂ ਸਾਹਮਣੇ ਇਹਨਾਂ ਦੇ ਅਸਲੀ ਚਿਹਰੇ ਬੇਨਕਾਬ ਹੋ ਗਏ। ਕਹਿੰਦੇ ਜੀ ਵੀਡੀਓ ਮੇਰੀ ਹੈ ਹੀ ਨਹੀਂ, ਇਹਨਾਂ ਨੂੰ ਡਬ ਕੀਤਾ, ਇਹਨਾਂ ਨੂੰ ਫੇਕ ਵੀਡੀਓ ਹੈ ਜੀ, ਇਸ ਵੀਡੀਓ ਦੀ ਗੱਲ ਕਰ ਰਹੇ। ਬਿਲਕੁਲ ਠੀਕ ਹੈ, ਜਦੋਂ ਇਹਦੇ ਵਰਗੇ ਗੰਦੇ ਝੂਠੇ ਬੰਦੇ ਕੋਲੋਂ ਕੁਛ ਕਹਿ ਸਕਦਾ। ਦੇਖੋ ਮੀਟਿੰਗ ਸੀ ਪੰਜਾਬ ਭਵਨ, ਪਹਿਲੀ ਗੱਲ ਆਪਾਂ ਹੌਲੀ ਹੌਲੀ ਕਰ ਲਈਏ, ਕੀ ਫੇਕ ਹੈ ਉਹਦੇ 'ਚ, ਕੀ ਉਹਦੇ 'ਚ ਸੁੱਖੀ ਰੰਧਾਵਾ ਹੈ ਕਿ ਨਹੀਂ ਹੈ, ਕਿ ਉਹ ਕਹਿੰਦਾ ਮੈਂ ਹੈ ਹੀ ਨਹੀਂ, ਡੁਪਲੀਕੇਟ ਆ ਉਹੀ ਸ਼ਕਲ, ਉਹ ਸ਼ਕਲ ਜਿਹੜਾ ਕਾਲਾ ਕਰਦੇ ਆ ਆਪਦੇ ਮੂੰਹ ਨੂੰ ਕਾਲਾ ਕਰਦਾ ਉਹ ਸ਼ਕਲ ਹੈ, ਉਹ ਢਿੱਡ ਹੈ, ਉਹੀ ਆਵਾਜ਼ ਹੈ। ਔਰ ਉਹ ਮੀਟਿੰਗ ਸੱਦੀ ਕੀ ਨੇ, ਮੀਟਿੰਗ ਵੀ ਇਹਨਾਂ ਦੀ ਸੱਦੀ ਸੀ, ਪੰਜਾਬ ਭਵਨ 'ਚ ਸੱਦੀ ਸੀ, ਕਿੱਥੇ ਕਿਸੇ ਹੋਰ ਪਾਰਟੀ ਦੀ ਮੀਟਿੰਗ ਨਹੀਂ, ਇਹਨਾਂ ਦੀ ਸਰਕਾਰ ਦੀ 550 ਸਾਲਾਂ ਲਈ ਮੀਟਿੰਗ ਸੱਦੀ। ਔਰ ਇਹ ਚੋਰੀ ਤਾਂ ਉਹਨਾਂ ਦੀ ਉੱਥੋਂ ਹੀ ਫੜੀ ਗਈ, ਆਪ ਹੀ ਦੱਸ ਰਹੇ ਸੀ ਜੀ ਪੰਜਾਬ ਭਵਨ ਦੀ ਗੱਲ ਹੈ, ਫਿਰ ਆਪ ਹੀ ਦੱਸ ਰਹੇ ਸੀ ਇਹ ਸਾਲ ਪੁਰਾਣੀ ਗੱਲ ਹੈ। ਮਤਲਬ ਕਿ ਤੁਸੀਂ ਸਾਲ ਪੁਰਾਣੀ, ਮੈਂ ਕਹਿੰਦਾ 50 ਸਾਲ ਪੁਰਾਣੀ ਹੋਵੇ, 100 ਸਾਲ ਪੁਰਾਣੀ ਹੋਵੇ, ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਰੇ ਮਾੜੀ ਸ਼ਬਦਾਵਲੀ ਤੁਸੀਂ ਰੱਖ ਸਕਦੇ ਹੋ? ਕਹਿੰਦੇ ਜੀ ਮੇਰੀ ਆਵਾਜ਼ ਨੂੰ ਡੱਬ ਕੇ। ਮੈਂ ਕਹਿੰਦਾ ਜੀ ਹੁਣੇ ਕਿਸੇ ਸਿਟਿੰਗ ਜੱਜ ਤੋਂ ਇਨਕੁਆਇਰੀ ਕਰਾ ਲੈਣ, ਇਹਨਾਂ ਦੀ ਕਲੀਨ ਚਿੱਟ ਵਾਲੀ ਸਰਕਾਰਾਂ ਤੋਂ ਨਹੀਂ। DGP ਨੂੰ ਤਾਂ ਕਹਿੰਦਾ ਮੈਂ ਤਲਬ ਕਰੂੰ, ਤੇ ਜਿਹਨੂੰ ਇਹ ਤਲਬ ਕਰੂੰ ਉਹਨੇ ਕੀ ਰਿਪੋਰਟ ਦੇਣੀ ਹੈ ਇਹਦੇ ਖਿਲਾਫ਼? ਜਿਹੜਾ SSP ਆ ਉਹ ਤੋਂ ਨਾ ਰਿਪੋਰਟ ਇਹ ਲਿਖਦਾ ਤੇ SSP ਘੁੱਗੀ ਮਾਰਦਾ, ਸਭ ਨੂੰ ਪਤਾ ਹੈ। SSP ਸਾਹਿਬ ਦਾ ਤਾਂ ਆਪਦਾ ਹੁਣ ਸੋਚਣ ਸ਼ਕਤੀ ਨਹੀਂ ਰਹਿ ਗਈ, ਉਹ ਤਾਂ ਕੁਰਸੀ 'ਤੇ ਰੰਧਾਵਾ ਹੀ ਬੈਠਿਆ। ਮਗਰ ਮੈਂ ਵੱਡੀ ਗੱਲ ਹੈ, ਮੈਂ ਚੈਲੰਜ ਦਿੰਦਾ ਸੁੱਖੀ ਰੰਧਾਵੇ ਨੂੰ ਕਿ ਇਹ ਗੱਲ ਸਾਰੇ ਬੱਚੇ ਨੂੰ ਸਮਝ ਆ ਗਈ, ਆਵਾਜ਼ ਇਹਦੀ, ਸ਼ਕਲ ਇਹਦੀ, ਮੀਟਿੰਗ ਇਹਦੀ। ਔਰ ਦੇਖੋ ਬੜੀ ਜਦੋਂ ਰੱਬ ਦੇ ਰੰਗ ਇਹੋ ਜਿਹੇ ਨੇ
ਬੰਦਾ ਝੂਠ ਬਾਲੇ ਨਾ ਕਿਤੇ ਫੜਿਆ ਜਾਂਦਾ। ਕਦੇ ਕਹੂਗਾ ਸਾਲ ਪੁਰਾਣੀ ਹੈ, ਫਿਰ ਕਹੂ ਵੇਖੋ ਕਾਗਜ਼ ਵੇਖੋ, ਕਾਗਜ਼ ਸਾਨੂੰ ਤਾਂ ਦਿਸ ਹੀ ਨਹੀਂ ਰਿਹਾ, ਇਹਨੂੰ ਕਾਗਜ਼ ਚੇਤੇ ਆ ਗਿਆ। ਫਿਰ ਕਦੇ ਕਹੂਗਾ ਜੀ ਇਹ ਪੰਜਾਬ ਭਵਨ ਦੀ ਗੱਲ ਹੈ, ਕਦੇ ਕਹੂ ਜੀ ਮੈਂ ਫਲਾਣੇ ਬੰਦੇ ਨੂੰ ਰਿਸ਼ਪਾਲ ਨੂੰ ਤਾਂ ਸਾਲ ਹੋ ਗਿਆ ਨਹੀਂ ਮਿਲੇ ਨੂੰ। ਮਤਲਬ ਕਿ ਮੌਕੇ ਵਾਕਿਆ 'ਤੇ ਸੀਗਾ, ਇਹਨੂੰ ਜਿਹੜੀ ਗੱਲ ਚੇਤੇ ਆਉਂਦੀ ਉਹ ਯਾਦ ਵੀ ਆ ਜਾਂਦੀ ਹੈ, ਜਿਹੜੀ ਗੱਲ ਦੀ ਇਹਨਾਂ ਨੂੰ ਮੁਸ਼ਕਲ ਹੈ ਮੰਨਣੀ ਉਹ ਇਹ ਭੁਲਾਉਣਾ ਚਾਹੁੰਦੇ ਆ। ਇਸ ਲਈ ਉੱਥੇ ਪੱਤਰਕਾਰ ਵੀਰ ਵੀ ਤੁਹਾਡੇ ਸਨ, ਸਾਰਿਆਂ ਦੇ ਸਾਹਮਣੇ ਗੱਲ ਹੋਈ ਹੈ, ਬੱਚਾ ਇਹ ਸਮਝ ਰਿਹਾ ਕਿ ਆਵਾਜ਼ ਇਹਨਾਂ ਦੀ ਹੈ, ਸ਼ਕਲ ਇਹਨਾਂ ਦੀ ਹੈ, ਉਹ ਬੰਦਾ ਮੀਟਿੰਗ ਇਹਨਾਂ ਦੀ ਹੈ, ਕਿੱਥੇ ਹੋਈ ਹੈ, ਕਦੋਂ ਹੋਈ ਹੈ, ਉਹ ਵੀ ਇਹਨਾਂ ਨੂੰ ਚੇਤੇ ਆ ਰਿਹਾ, ਇਹ ਭੁਲਾਉਣਾ ਚਾਹ ਰਹੇ ਆ। ਮਗਰ ਕਿੰਨੇ ਕੁ ਵੇ ਸੱਚ ਨੂੰ ਕਿੱਥੋਂ ਲੁਕੋ ਲੈਣਗੇ। ਕਿਸੇ ਇਨਕੁਆਇਰੀ ਸਿਟਿੰਗ ਜੱਜ ਤੋਂ ਕਰਾ ਦੇ, ਇਹ ਅੱਜ ਨਹੀਂ ਤੇ ਕੱਲ ਨਹੀਂ ਪਰਸੋਂ ਇਸ ਅੰਦਰ ਗਿਆ ਹੀ ਗਿਆ। ਔਰ ਇਹ ਦੁੱਖ ਦੀ ਗੱਲ ਇਹ ਹੈ, ਦੇਖੋ ਸਾਡਾ ਕੰਮ ਹੈ ਇਹਨਾਂ ਦਾ ਅਸਲੀ ਚਿਹਰਾ ਬੇਨਕਾਬ ਕਰਨਾ, ਔਰ ਅਸਲੀ ਚਿਹਰਾ ਸਾਡੇ ਵੱਲੋਂ ਨਹੀਂ ਬੇਨਕਾਬ ਹੋ ਰਿਹਾ, ਰੱਬ ਵੱਲੋਂ ਹੋ ਰਿਹਾ। ਇਹ ਪ੍ਰੋਗਰਾਮ ਇਹਨਾਂ ਦਾ, ਮੀਟਿੰਗ ਇਹਨਾਂ ਦੀ, ਵੀਡੀਓ ਜਿਹਨੇ ਕੱਢੀ ਆ ਉਹ ਕਿਤੇ ਗੁਰੂ ਦਾ ਸਿੱਖ ਸੀ, ਉਹਨੂੰ ਗੁਰੂ ਜੋ ਲਫ਼ਜ਼ ਇਹਨਾਂ ਨੇ ਗੁਰੂ ਸਾਹਿਬ ਪ੍ਰਤੀ ਵਰਤੇ ਉਹਨਾਂ ਨੂੰ ਨਹੀਂ ਚੰਗੇ ਲੱਗੇ, ਉਹਨਾਂ ਨੇ ਇਹਨਾਂ ਦਾ ਅਸਲੀ ਚਿਹਰਾ ਜਨਤਕ ਕਰ ਦਿੱਤਾ। ਤੁਸੀਂ ਮੰਗ ਕਰਦੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਕਿ ਜਿਹੜੀ ਅੱਜ ਐਸਜੀਪੀਸੀ ਦੇ ਮੈਂਬਰ ਗਏ ਨੇ ਕਾਰਵਾਈ ਹੋਣੀ ਚਾਹੀਦੀ ਹੈ? ਦੇਖੋ ਮੇਰੇ ਵੀਰ, ਮੈਂ ਤਾਂ ਇੱਕ ਮੰਗ ਕਰਦਾ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਾਰੇ ਕੋਈ ਨਿਰਾਦਰ ਸ਼ੋਅ ਕਰੇ, ਕੋਈ ਮਾੜੀ ਭਾਵਨਾ ਰੱਖੇ, ਕੋਈ ਮਾੜੀ ਸ਼ਬਦਾਵਲੀ ਵਰਤੇ, ਉਹਦਾ ਸੋਸ਼ਲ ਬਾਈਕਾਟ ਹੋਣਾ ਚਾਹੀਦਾ। ਉਹ ਕਹਿੰਦੇ ਜੀ ਮੈਂ ਜੱਟੀ ਦਾ ਮੁੰਡਾ ਤੇ ਮੈਂ ਇਹਦਾ ਜਵਾਬ ਵੀ ਪੂਰਾ ਦਿਆਂਗਾ ਜੀ। ਮੈਂ ਜੱਟੀ ਦਾ, ਮੈਂ ਰਿਆੜੇ ਦਾ ਮੁੰਡਾ ਤੇ ਮੈਂ ਜਵਾਬ ਹੀ ਮੰਨਦੇ ਨੇ ਆਉਂਦੇ ਆ। ਚਲੋ ਮੈਂ ਉਹਨਾਂ ਦੇ ਟੱਬਰ ਬਾਰੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਮਗਰ ਉਹ ਕਿਹੜਾ ਘਟੀਆ ਸੋਚ ਦਾ ਬੰਦਾ ਉਹ ਜਨਤਕ ਹੋ ਗਈ ਗੱਲ, ਔਰ ਇਹਦੇ ਬਾਪ ਨੂੰ ਵੀ ਕਿਹੜੀ ਘਟੀਆ ਸੋਚ ਦਾ ਮਾਲਕ ਸੀ ਜਿਹੜਾ ਉੱਥੇ ਸਵਾਗਤ ਕਰਦਾ ਸੀ। ਔਰ ਮੈਂ ਕੱਲ੍ਹ ਪਰਸੋਂ ਇੱਕ ਵੀਡੀਓ ਵੇਖ ਰਿਹਾ ਸੀ ਇਹਨਾਂ ਦੀ, ਕਹਿੰਦੇ ਜੀ ਫਿਰ ਉਹਦੇ ਵੀ ਸ਼ਬਦ ਬਦਲੇ, ਸ਼ਬਦ ਕੀ ਬਦਲੇ, ਕਹਿੰਦੇ ਜੀ ਜਿਹੜੇ ਬੰਦੇ ਉੱਥੇ ਵੜੇ ਸੀ, ਜਿਹੜੇ ਮਾੜੇ ਬੰਦੇ ਉੱਥੇ ਵੜੇ ਸੀ, ਉਹਨਾਂ ਨੂੰ ਕੱਢਣ ਦਾ ਮੈਂ ਸਵਾਗਤ ਕੀਤਾ ਸੀ। ਮਾੜੇ ਬੰਦੇ ਕਿਹੜੇ ਸੀ ਜੀ? ਉਹ ਤਾਂ ਗੁਰੂ ਦੇ ਸਿੱਖ ਸੀ, ਉੱਥੇ ਜਿੰਨੇ ਵੀ ਉੱਥੇ ਸ਼ਰਧਾਲੂ ਸ਼ਹੀਦ ਹੋਏ ਹੈ ਉਹ ਮਾੜੇ ਬੰਦੇ ਸੀ, ਇਹ ਸਰਟੀਫਿਕੇਟ ਦਿਓ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਤੂੰ ਮਾੜਾ ਕਹਿੰਦਾ? ਸਪਸ਼ਟ ਕਰੇ ਸਥਿਤੀ ਆਪਦੀ। ਔਰ ਇਹ ਜਿਹੜੇ ਮੌਕੇ ਲਫ਼ਜ਼ ਬਦਲਨੇ, ਔਰ ਅੱਜ ਇਹਨਾਂ ਦਾ ਅਸਲੀ ਚਿਹਰਾ ਜਿਹੜਾ ਡਰਾਮਾ ਕਰਦੇ ਸੀ, ਐਵੇਂ ਨਹੀਂ ਕਿ ਇਹਨਾਂ ਨੇ ਸਾਢੇ 500 ਸਾਲਾਂ 'ਚ ਐਡਾ ਵੱਡਾ ਪ੍ਰੋਗਰਾਮ ਸੀ, ਰੱਬ ਨੇ ਇਹਦਾ ਨਹੀਂ ਹੋਣ ਦਿੱਤਾ, ਇਹਦਾ ਪ੍ਰੋਗਰਾਮ ਡੁੱਬ ਗਿਆ। ਰੱਬ ਨੇ ਤਾਂ ਉਦੋਂ ਵੀ ਇਹਨੂੰ ਅਸਲੀ ਆਪਦੀ ਔਕਾਤ ਵਿਖਾਤੀ ਸੀ, ਮਗਰ ਨਹੀਂ ਸਮਝ ਆਈ। ਦੇਖੋ ਮੀਂਹ ਪਿਆ ਜਿੱਥੇ ਸ਼ਿਕਾਰ ਮਾਸੀਆ ਵੀ ਮੀਂਹ ਉਹਨਾਂ ਪਿਆ ਅਤੇ ਜਿੱਥੇ ਇਹਨਾਂ ਦਾ ਪ੍ਰੋਗਰਾਮ ਸੀ ਉਹ ਵੀ, ਮਗਰ ਗੁਰੂ ਸਾਹਿਬ ਨੇ ਸ਼ਿਕਾਰ ਮਾਸੀਆ ਵਾਲਾ ਪ੍ਰੋਗਰਾਮ ਕਰਾ ਦਿੱਤਾ ਸਫਲ, ਔਰ ਇਹਨਾਂ ਦਾ ਫੇਲ ਕਰਾ ਦਿੱਤਾ, ਇਹ ਰੱਬ ਦੇ ਨਾਲ। ਪਰ ਕਾਰਨ ਕੀ, ਤੁਹਾਨੂੰ ਕਿਉਂ ਟਾਰਗੇਟ ਕੀਤਾ ਜਾਂਦਾ? ਕੋਈ ਵੀ ਗੱਲ ਹੁੰਦੀ ਉਹ ਕਹਿੰਦੀ ਵਿਕਰਮ ਮਜੀਠੀਆ ਹੀ ਇਹਦੇ ਵਾਸਤੇ ਜ਼ਿੰਮੇਵਾਰ ਨੇ, ਕਾਰਨ ਕੀ ਹੈ? ਬੋਲੇ ਇਹ ਤੇ ਜ਼ਿੰਮੇਵਾਰ ਮਜੀਠੀਆ, ਮੈਂ ਉਹ ਕਹਿ ਰਿਹਾ ਜੀ, ਮੈਂ ਨਹੀਂ ਕਹਿ ਰਿਹਾ। ਔਰ ਫਿਰ ਵੇਖੋ ਅੰਮ੍ਰਿਤਧਾਰੀ ਸਿੰਘ ਦਾ ਦਿਖਾਵਾ ਕਰਦੇ ਆ, ਮੈਨੂੰ ਅੰਮ੍ਰਿਤਧਾਰੀ ਸਿੰਘ ਕੋਈ ਲੱਭਦੇ ਉਹ ਜਾ ਜਿਹੜਾ ਆਪਦਾ ਮੂੰਹ ਕਾਲਾ ਕਰਦਾ ਹੋਵੇ ਇਹਦੇ ਵਾਂਗੂ। ਅਸਲ ਅੰਮ੍ਰਿਤਧਾਰੀ ਸਿੰਘ ਇਹ ਕੰਮ ਨਹੀਂ ਕਰਦਾ, ਅਸਲ ਅੰਮ੍ਰਿਤਧਾਰੀ ਸਿੰਘ ਗੁਰੂ ਦੀ ਬਾਣੀ ਦਾ ਤੋੜ ਮਰੋੜ ਕਦੇ ਨਹੀਂ ਕਰ ਸਕਦਾ। ਇਹਨੇ ਔਰੰਗਜ਼ੇਬ ਸਾਹਿਬ ਕਿਹਾ, ਉਸ ਨੂੰ ਸਾਹਿਬ ਕਿਹਾ ਜਿਹਨੇ ਕਿਸ ਤਰੀਕੇ ਦੀ ਬੇਇਨਸਾਫੀ ਕੀਤੀ ਹੈ। ਔਰ ਜ਼ਫਰਨਾਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਦਾ ਲਿਖਿਆ, ਕਹਿੰਦਾ ਔਰੰਗਜ਼ੇਬ ਸਾਹਿਬ ਨੇ ਲਿਖਿਆ। ਔਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਤੋੜਿਆ ਮੁੜਿਆ, ਜੇ ਤੂੰ ਤੋੜ ਮਰੋੜ ਕੇ ਹਉ ਪਾਪੀ ਤੂੰ ਬਖਸ਼ਣ ਹਾਰ, ਉਸ ਨੂੰ ਪੇਸ਼ ਕਿਵੇਂ ਕੀਤਾ, ਮੈਂ ਪਾਪੀ ਬਾਦਲ ਤੂੰ ਬਖਸ਼ਣ ਹਾਰ। ਇਹ ਇੱਕ ਵਾਰੀ ਦਾ ਨਹੀਂ, ਹੈਬਿਚੁਅਲ ਅਫੈਂਡਰ ਹੈ। ਔਰ ਵੱਡੀ ਗੱਲ ਵੇਖੋ, ਸ਼ਹੀਦੀ ਹਫ਼ਤਾ ਚੱਲ ਰਿਹਾ ਸੀ, ਉਸ ਹਫ਼ਤੇ 'ਚ ਜਾ ਕੇ ਨਵੀਂ ਵਿਆਹੀ ਵਾਂਗੂ ਲਾੜੀ ਵਾਂਗੂ ਉੱਥੇ ਭੰਗੜੇ ਪਾਉਣੇ, ਅੰਮ੍ਰਿਤਧਾਰੀ ਸਿੰਘ ਨਹੀਂ ਕਦੇ ਇਹੋ ਜਿਹਾ ਕਰ ਸਕਦਾ। ਇਸ ਲਈ ਇਹਨਾਂ ਦਾ ਢੋਂਗ, ਇਹਨਾਂ ਦਾ ਅਸਲੀ ਚਿਹਰਾ ਬੇਨਕਾਬ ਹੋ ਗਿਆ। ਬਾਪ ਨੇ ਗਲਤੀ ਕੀਤੀ ਹੈ, ਇਸ ਗੱਲ ਨੂੰ ਤਾਂ ਭਰਾ ਵੀ ਕਬੂਲਦਾ, ਔਰ ਭਰਾ ਨੇ ਸ਼ਬਦਾਵਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਨਹੀਂ ਵਰਤੀ। ਜੇ ਭਰਾ ਆਪਦੇ ਬਜ਼ੁਰਗ ਦੇ ਫੈਸਲੇ ਨੂੰ ਸਹੀ ਕਹੂਗਾ ਤੇ ਉਹ ਵੀ ਸ਼੍ਰੋਮਣੀ ਅਕਾਲੀ ਦਲ 'ਚ ਨਹੀਂ ਰਹਿ ਸਕੂਗਾ। ਭਰਾ ਨੇ ਮੰਨਿਆ ਕਿ ਉਹਨਾਂ ਦੇ ਬਜ਼ੁਰਗਾਂ ਨੇ ਗਲਤੀ ਕੀਤੀ, ਆਪਦੇ ਉਹਨਾਂ ਨੇ ਗਲਤੀ ਨੂੰ ਮੰਨਿਆ, ਔਰ ਉਸਲੇ ਮੇਰਾ ਫਾਦਰ ਠੀਕ ਹੋ ਜਾਂਦਾ। ਉਦੋਂ ਇੱਕ ਵੀ ਵਾਰੀ ਭਰਾ ਨੇ ਇਹ ਜੀ ਸ਼ਬਦਾਵਲੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵਾਸਤੇ ਨਹੀਂ ਵਰਤੀ। ਔਰ ਵੱਡੀ ਗੱਲ ਵੇਖੋ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਨਿਰਾਦਰ ਕਰਿਆ, ਜਿਸ ਮੁੱਖ ਮੰਤਰੀ ਦਾ ਕੈਬਨਿਟ 'ਚ ਜਿਹਦਾ ਵਜ਼ੀਰ ਹੈ, ਸਭ ਬੱਚੇ ਬੱਚੇ ਨੂੰ ਪਤਾ ਹੈ
कि वैसे ओदे मूंह ते कैप्टन साहब दे मूंह ते ए उन्हूं महाराजा साहब कहिंदे सुखी रंधावा जी उन्हां नूं ते उन्हां दी पिठ पिछे इन्हां दे सारे यारां नूं पता कि उन्हां नूं माड़े तरीके नाल फौजी फौजी कह के एक तां हुंदा सत्कार नाल फौजी बुलाउणा और एक हुंदा माड़े तरीके नाल ये सब बच्चे बच्चे नूं गुरदासपुर किसे नूं पुछ लो कि ये कदे हसदा सी और ये गल कह देनी गुरु नानक साहब दा बारे यह जी शब्दावली वरती इन्हों की मानसिकता दर्शाती है कि इन्हों के की हालात स्टैप की है अकाली दल का कि शिकायत तक नहीं गल सीमित रहेगी करांगे। दस दिए कि रंधावा की वायरल हुई वीडियो तो बाद यह मामला लगातार भखता जा रहा है जिसके चलते SGPC वालों रंधावा खिलाफ कार्रवाई की मांग भी की गई है। रंधावा हन के इस मामले में साइबर क्राइम की जांच का इंतजार कर रहे हैं क्योंकि उन्होंने उम्मीद है कि इस जांच तो बाद यह साफ हो जाएगा कि कौन सही है तो कौन गलत है। अमृतसर तो ब्यूरो रिपोर्ट चैनल पंजाब। हर लेटेस्ट खबर नु सब तो पहला देखने लिए साडे चैनल चैनल पंजाब नु करो सब्सक्राइब ते नोटिफिकेशन लई दबाओ बेल दा बटन।